Z5 ਐਪ ਡਾਊਨਲੋਡ ਕਰੋ ਤੇ ਦੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਵੀ ਆਪਣੀ ਜ਼ਿੱਦ ਪੁਗਾਏਗੀ ਨਾ ਹੁਣ, ਤੈਨੂੰ ਮਨਾ ਕੀਤਾ ਸੀ ਨਾ ਇੱਥੇ ਆਉਣ ਲਈ, ਤੂੰ ਫਿਰ ਵੀ ਇੱਥੇ ਆਈ। ਹੁਣ ਤਾਂ ਮੈਨੂੰ ਇਹ ਲੱਗਦਾ ਕਿ ਕਿਸੇ ਨੂੰ ਮੇਰੀ ਕੋਈ ਪਰਵਾਹ ਹੀ ਨਹੀਂ ਹੈ, ਨਾ ਤੈਨੂੰ, ਨਾ ਡੈਡ ਨੂੰ, ਨਾ ਮੋਮ ਨੂੰ। ਚਲੇ ਗਏ ਨਾ ਮੈਨੂੰ ਛੱਡ ਕੇ, ਇੱਕ ਵਾਰ ਵੀ ਨਹੀਂ ਸੋਚਿਆ ਕਿ ਮੇਰਾ ਕੀ ਹਾਲ ਹੋਊਗਾ। ਸਰਤਾਜ, ਜਿਵੇਂ ਤੈਨੂੰ ਤਾਂ ਬਹੁਤ ਪਰਵਾਹ ਹੈ ਨਾ ਸਾਰਿਆਂ ਦੀ, ਜੀ ਆਂਟੀ ਜੀ ਆ ਗਏ, ਤੈਨੂੰ ਇਸ ਹਾਲਤ 'ਚ ਦੇਖ ਲਿਆ ਕਿ ਉਹਨਾਂ ਨੂੰ ਚੰਗਾ ਲੱਗੇਗਾ। ਚੱਲ ਉੱਠ ਕੇ ਚੱਲ, ਚੱਲ ਅੰਦਰ ਚੱਲੀਏ ਆਪਾਂ, ਚੱਲ ਮੇਰੇ ਨਾਲ। ਸਰਤਾਜ ਦੇਖ ਯਾਰ, ਮੇਰੇ ਸੱਟ ਲੱਗੀ ਹੋਈ ਹੈ, ਮੈਂ ਤੈਨੂੰ ਗੋਦ ਚੱਕ ਕੇ ਤਾਂ ਨਹੀਂ ਨਾ ਲੈ ਕੇ ਜਾ ਸਕਦੀ। ਚੱਲ ਉੱਠ ਸਰਤਾਜ। ਉੱਥੇ ਹੀ ਰੁਕ ਜਾ ਕਿਰਤ, ਤੂੰ ਇਸ ਘਰ ਦੇ ਅੰਦਰ ਨਹੀਂ ਆ ਸਕਦੀ। ਇਹ ਘਰ ਪ੍ਰਭਜੋਤ ਆਲੂਵਾਲੀਆ ਦਾ ਹੈ, ਇਸ ਘਰ 'ਚ ਤੇਰੇ ਲਈ ਕੋਈ ਜਗ੍ਹਾ ਨਹੀਂ ਹੈ। ਸਰਤਾਜ ਨੂੰ ਛੱਡ ਤੇ ਇੱਥੋਂ ਨਿਕਲ। ਕੀ ਹੋਇਆ ਭੂਆ ਜੀ, ਤੁਸੀਂ ਕਿਰਤ ਦਾ ਰਾਹ ਕਿਉਂ ਰੋਕ ਰਹੇ ਹੋ? ਕਿਰਤ ਨੂੰ ਵੀ ਮੋਮ ਦੀ ਉਨੀ ਫਿਕਰ ਹੈ ਜਿੰਨੀ ਕਿ ਸਾਨੂੰ ਸਾਰਿਆਂ ਨੂੰ। ਸਰਤਾਜ, ਤੇਰੇ ਅੱਖਾਂ ਤੇ ਝੂਠ ਦੀ ਪੱਟੀ ਬੰਨੀ ਹੋਈ ਹੈ, ਸਾਨੂੰ ਸਾਰਿਆਂ ਨੂੰ ਪਤਾ, ਫਿਰ ਵੀ ਤੂੰ ਅਣਜਾਣ ਬਣੀ ਜਾਂਦਾ। ਭਾਬੀ ਇਹਨੂੰ ਪਹਿਲਾਂ ਹੀ ਬਹੁਤ ਨਫ਼ਰਤ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਕੁੜੀ ਬਹੁਤ ਖਰਾਬ ਹੈ। ਤੂੰ ਜੋ ਮਰਜ਼ੀ ਕਹਿ ਸਰਤਾਜ, ਮੈਂ ਇਹਨੂੰ ਇਸ ਘਰ ਦੇ ਅੰਦਰ ਵੜਨ ਨਹੀਂ ਦੇ ਸਕਦੀ। ਤੂੰ ਇੱਥੇ ਖੜੀ ਮੇਰਾ ਮੂੰਹ ਕੀ ਦੇਖ ਰਹੀ ਹੈ? ਚੱਲ ਨਿਕਲ ਇੱਥੋਂ। ਤੇਰੇ ਕਰਕੇ ਵੀਰ ਜੀ ਤੇ ਭਾਬੀ 'ਚ ਗਲਤ ਫਹਿਮੀਆਂ ਪੈਦਾ ਹੋਈਆਂ, ਤੇਰੇ ਕਰਕੇ ਵੀਰ ਜੀ ਘਰ ਛੱਡ ਕੇ ਚਲੇ ਗਏ। ਜੇ ਤੂੰ ਨਾ ਹੁੰਦੀ ਤਾਂ ਸਾਨੂੰ ਅੱਜ ਇਹ ਦਿਨ ਦੇਖਣਾ ਨਾ ਪੈਂਦਾ। ਦੇਖਤਾ ਸੀ ਕਿੱਦਾਂ ਸਾਡੇ ਵੱਲ ਦੇਖੀ ਜਾਂਦੀ ਹੈ, ਉਹ ਥੋੜੀ ਜਿਹੀ ਤਾਂ ਸ਼ਰਮ ਕਰ ਲੈ। ਤੇਰੇ ਕਰਕੇ ਅੱਜ ਸਾਡੀ ਪ੍ਰਭਜੋਤ ਗਾਇਬ ਆ, ਇਹ ਸਾਰੀਆਂ ਮੁਸੀਬਤਾਂ ਦੀ ਜੜ ਸਿਰਫ ਤੂੰ ਹੈ। ਪ੍ਰਭਜੋਤ ਕਦੀ ਨਹੀਂ ਸੀ ਚਾਹੁੰਦੀ ਤੇਰਾ ਤੇ ਸਰਤਾਜ ਦਾ ਰਿਸ਼ਤਾ ਹੋਵੇ, ਤੇ ਤੂੰ ਤੂੰ ਅੱਜ ਵੀ ਸਰਤਾਜ ਨੂੰ ਆਪਣੇ ਜਾਲ 'ਚ ਫਸਾ ਕੇ ਬੈਠੀ ਹੈ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।